ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਕਾਲੀ ਦਲ ਟਕਸਾਲੀ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਜਥੇਦਾਰ ਭੁਪਿੰਦਰ ਸਿੰਘ USA ਦੇ ਨਾਲ ਨਤਮਸਤਕ ਹੋਣ ਲਈ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਮਕਸਦ ਬਾਦਲ ਪਰਿਵਾਰ ਤੋਂ SGPC ਨੂੰ ਮੁਕਤ ਕਰਵਾਉਣਾ ਹੈ। ਕਰਕੇ ਗੱਲ ਆਈ ਸੀ ਕਿ ਕੱਲ੍ਹ ਸੱਜਣਾ ਕੁਛ ਸੱਜਣਾ ਨੂੰ ਮਿਲਣਾ ਸੀ, ਭੁਪਿੰਦਰ ਸਿੰਘ ਹੋਰਾਂ ਨੇ ਅਰੇਂਜ ਕੀਤੇ ਸੀਗੇ ਖਾਲਸਾ ਜੀ, ਅਤੇ ਅੱਜ ਉੱਥੇ ਚੱਲਿਆ ਤਰਨ ਤਾਰਨ ਜ਼ਿਲ੍ਹੇ 'ਚ, ਇਸ ਕਰਕੇ ਉਸ ਕੰਮ ਲਈ ਆਏ ਸੀ ਜੀ। ਆਇਆਂ ਨੂੰ ਤੁਹਾਡਾ ਬਹੁਤ ਧੰਨਵਾਦ। ਅਤੇ ਸਰ, ਸਾਰੀ ਉਮਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਸੱਜੀ ਬਾਂਹ ਬਣ ਕੇ ਤੁਸੀਂ ਕੰਮ ਕੀਤਾ, ਬੜੇ ਬੜੇ ਵੱਡੇ ਅਹੁਦਿਆਂ 'ਤੇ ਵੀ, ਹੁਣ ਕੀ ਕਾਰਨ ਸੀ ਕਿ ਉਹਨਾਂ ਨੂੰ ਵੱਖ ਹੋਣਾ ਪਿਆ? ਜਦੋਂ ਸੁਖਬੀਰ ਜਦੋਂ ਦਾ ਆਇਆ ਪ੍ਰਧਾਨ ਬਣਿਆ, ਉਹਨੇ ਅਕਾਲੀ ਦਲ ਦਾ ਸੱਤਿਆਨਾਸ਼ ਕਰ ਦਿੱਤਾ। ਡਿਕਟੇਟਰਸ਼ਿਪ ਦਾ ਕੋਈ ਡੈਮੋਕ੍ਰੇਟਿਕ ਸਿਸਟਮ ਨਹੀਂ ਹੈ। SGPC ਦਾ ਜਦੋਂ ਸੁਣਿਆ ਕਿ ਇੰਨੇ ਵੱਡੇ ਵੱਡੇ ਸਕੈਂਡਲ ਹੋ ਰਹੇ ਨੇ, SGPC ਗੁਰਦੁਆਰਿਆਂ ਨੂੰ ਲੁੱਟਿਆ ਜਾ ਰਿਹਾ, ਇਸ ਕਰਕੇ ਮਨ ਕੀਤਾ ਕਿ ਅਖੀਰ ਦੇ ਦਿਨ ਰਹਿ ਗਏ, ਹੁਣ ਕੋਈ ਨਾ ਕੋਈ ਤਾਂ ਆਵਾਜ਼ ਉਠਾਉਣੀ ਪਏਗੀ, ਨਹੀਂ ਤਾਂ ਇਹ ਹਾਲਾਤ ਮਾੜੇ ਹੋ ਜਾਂਦੇ। ਸਰ, ਇੱਕ ਬਿਆਨ ਆਇਆ ਸੀ ਵੀ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਜਿਹੜਾ ਆਜ਼ਾਦ ਕਰਾਉਣਾ, ਸ਼੍ਰੋਮਣੀ ਕਮੇਟੀ ਦੀ ਗੱਲ ਹੀ ਕਰ ਰਹੇ ਹਾਂ। ਹਾਂਜੀ, ਅਤੇ ਕੀ ਆਪਾਂ ਆਜ਼ਾਦ ਕਰਾ ਪਾਵਾਂਗੇ? ਜਿੱਦਾਂ ਜਿਹੜੇ ਉੱਧਰੋਂ ਬੰਦੇ ਆ ਰਹੇ ਫਿਰ ਨਿਕਲ ਕੇ ਜਾ ਰਹੇ ਨੇ, ਜਿੱਦਾਂ ਬੋਲੀ ਜਲਾਲਾ, ਨਹੀਂ ਇੱਕ ਬੰਦਾ ਚਲ ਸਾਨੂੰ ਰੋਜ਼ ਸੈਂਕੜੇ ਆ ਰਹੇ ਨੇ, ਕੋਈ ਇੱਕ ਬੰਦੇ ਦੀ ਗੱਲ ਹੀ ਕਰਨੀ ਜਾ ਰਹੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਰਤਨ ਸਿੰਘ ਜਨਾਲਾ ਆਪਣੇ ਨਾਲ ਤੁਰਨਗੇ? ਰਤਨ ਸਿੰਘ ਆਪਣੇ ਨਾਲ ਨੇ, ਉਹ ਨਾਲ ਹੀ ਕਰਦੇ। ਅਤੇ ਸਰ, ਜਿਹੜੀਆਂ ਅਗਲੀਆਂ 2020 ਦੀਆਂ ਚੋਣਾਂ, ਉਹਨਾਂ 'ਚ ਟਕਸਾਲੀ ਜਿਹੜਾ ਅਕਾਲੀ ਦਲ ਆ ਉਹਦਾ ਕੀ ਮੇਨ ਮੁੱਦੇ ਹੋਣਗੇ? ਅਸੀਂ ਅਜੇ ਤਿੰਨ ਨਹੀਂ, ਅਸੀਂ ਬਹੁਤ ਇਕੱਠੇ ਹੋਏ ਹਾਂ SGPC ਲਈ। ਸ਼੍ਰੋਮਣੀ ਅਕਾਲੀ ਦਲ 1920 ਵੀ ਹੈ, ਸ਼੍ਰੋਮਣੀ ਟਕਸਾਲੀ ਵੀ ਹੈ, ਸਾਡਾ ਧੜਾ ਵੀ ਹੈ, ਭਾਈ ਰਣਜੀਤ ਸਿੰਘ ਵੀ ਹੈ, ਫੂਲਕਾ ਸਾਹਿਬ ਵੀ ਨੇ, ਔਰ ਇਸ ਤਰ੍ਹਾਂ ਹੋਰ ਬੰਦੇ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਅਸੀਂ ਇਕੱਠੇ ਲੜਾਂਗੇ ਸਰ। ਲੇਕਿਨ ਭਾਈ ਰਣਜੀਤ ਸਿੰਘ, ਫੂਲਕਾ ਸਾਹਿਬ ਅਤੇ ਸਰਦਾਰ ਰਵਿੰਦਰ ਸਿੰਘ ਕਹਿੰਦੇ ਅਸੀਂ ਤਾਂ ਸਿਰਫ SGPC ਲੜਨੀ ਹੈ, ਉਸ ਤੋਂ ਬਾਅਦ ਦੂਜੀਆਂ ਇਲੈਕਸ਼ਨਾਂ ਅਸੀਂ ਨਹੀਂ ਲੜਨੀ, ਬਾਕੀ ਅਸੀਂ ਦੂਜੀਆਂ ਇਲੈਕਸ਼ਨਾਂ ਵੀ ਲੜਾਂਗੇ ਭਾਈ ਜਾ ਕੇ। ਅਤੇ ਨਵਜੋਤ ਸਿੰਘ ਸਿੱਧੂ ਅਗਰ ਆਉਣਾ ਚਾਹੁੰਗੇ ਤਾਂ ਉਹਨਾਂ ਨੂੰ ਵੈਲਕਮ ਕੀਤਾ ਜਾਏਗਾ ਜੀ? ਨਹੀਂ, ਸਾਡੇ ਤਾਂ ਵੈਲਕਮ ਕਰਾਂਗੇ, ਪਰ ਉਹ ਅਜੇ ਤੱਕ ਮਨ ਹੀ ਨਹੀਂ ਬਣਾ ਰਹੇ ਵੀ ਕੀ ਕਰਨਾ ਉਹਨਾਂ ਨੇ, ਉਹ ਤਾਂ ਉਹਨਾਂ 'ਤੇ ਹੈ ਨਾ, ਹੁਣ ਕੀ ਮੁਨਸਰ ਕਰਦੇ।